ਪਹਿਲੋਂ ਤੋਂ ਸਾਨੂੰ ਖਾਦਾਂ ਦਵਾਈਆਂ ਬੀਜ ਪ੍ਰਾਈਵੇਟ ਕੰਪਨੀਆਂ ਹੀ ਦੇ ਰਹੀਆਂ। ਪੰਜਾਬ ਵਿੱਚ ਕਾਰਗਲ ਕੰਪਨੀ ਨੇ ਬਹੁਤ ਵੱਡੀਆਂ ਬੀਜਾਂ 'ਚ ਘਟਾਲੇ ਕੀਤੇ ਨੇ। ਜਿਹੜੀ ਕਹਿ ਰਹੀ ਵੀ ਕਿਸਾਨਾਂ ਦੇ ਅੰਦੋਲਨ ਵਿੱਚ ISS ਦਾ ਦਾਖਲਾ ਹੋ ਗਿਆ, ਇਹ RSS ਵਰਗਾ ਹੀ ਬਿਆਨ ਆ ਅਤੇ ਲੋਕਾਂ ਨੂੰ ਨਫ਼ਰਤ ਪੈਦਾ ਕਰਨ ਵਾਲਾ ਬਿਆਨ ਆ। ਜਦੋਂ ਉਹ ਸਾਡੇ ਖਿਲਾਫ਼ ਹਾਈਕੋਰਟ ਦੇ ਵਿੱਚ ਗਈ ਆ ਅਤੇ ਪਹਿਲੋਂ ਇਹ ਹਲਫਨਾਮੇ ਜਦੋਂ ਸਾਡੇ ਵਕੀਲ ਨੇ ਗੱਲਾਂ ਕੀਤੀਆਂ ਵੀ ਖਟਕੜ ਕਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਕਿਹੜਾ ਕਰੋਨਾ ਦੇ COVID-19 ਦਾ ਖਿਆਲ ਰੱਖਿਆ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰਾ ਵਿੱਚ ਅੱਜ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 7ਵੇਂ ਦਿਨ ਵੀ ਜਾਰੀ ਹੈ। ਅੱਜ ਉਹਨਾਂ ਨੇ ਰਿਲਾਇੰਸ ਦੇ ਸਿਮ ਸਾੜ ਕੇ ਵੱਖਰੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਕੱਲ੍ਹ ਉਹਨਾਂ ਨੇ ਲੋਕਾਂ ਨੂੰ ਰਿਲਾਇੰਸ ਸਮੇਤ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਸੀ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਨੇ ਅੰਬਾਨੀ ਅਤੇ ਅਡਾਨੀ ਦੇ ਪੈਟਰੋਲ ਪੰਪਾਂ ਅਤੇ ਹੋਰ ਉਤਪਾਦਾਂ ਦਾ ਬਾਈਕਾਟ ਕੀਤਾ ਹੈ ਜੋ ਖੇਤੀਬਾੜੀ ਕਾਨੂੰਨ ਵਾਪਸ ਲੈਣ ਤੱਕ ਜਾਰੀ ਰਹੇਗਾ। ਉਹਨਾਂ ਬਾਕੀ ਲੋਕਾਂ ਨੂੰ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿਸਾਨ ਗਠਜੋੜ ਨੇ ਦੇਸ਼ ਦੇ ਬੁੱਧੀਜੀਵੀਆਂ, ਟ੍ਰੇਡ ਯੂਨੀਅਨ, ਮਜ਼ਦੂਰ ਯੂਨੀਅਨ, ਗਾਇਕਾਂ ਅਤੇ ਕਲਾਕਾਰਾਂ ਨੂੰ ਵੱਡੇ ਉਦਯੋਗਪਤੀਆਂ ਦੇ ਬਾਈਕਾਟ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਪੰਦੇਰ ਨੇ ਕਿਹਾ ਹੈ ਕਿ ਰੇਲ ਰੋਕੋ ਅੰਦੋਲਨ ਸਫਲਤਾ ਨਾਲ ਵਧ ਰਿਹਾ ਹੈ ਅਤੇ 1 ਅਕਤੂਬਰ ਤੋਂ ਕਿਸਾਨ ਪੂਰੇ ਹਫ਼ਤੇ ਸਾਂਝੇ ਸੰਘਰਸ਼ ਵਜੋਂ ਇਸ ਨੂੰ ਮਨਾਏਗਾ। ਮੈਂ ਸਰਵਣ ਸਿੰਘ ਪੰਦੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੱਜ ਅਸੀਂ ਰੇਲ ਟਰੈਕ ਜਿਹੜਾ ਦੇਵੀਦਾਸਪੁਰਾ ਉਹਦੇ 'ਚ ਜਿਹੜੇ ਰਿਲਾਇੰਸ ਦੇ ਪ੍ਰੋਡਕਟ ਨੇ, ਖਾਸ ਕਰਕੇ ਜੀਓ ਦੇ ਬੱਕ, ਉਹਦੇ ਇਸ਼ਤਿਹਾਰ ਸਾੜ ਕੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਜਿਹੜਾ ਵਸਤੂਆਂ ਦਾ ਬਾਈਕਾਟ ਕਰਨਾ ਵਾ, ਉਹਦਾ ਦੇਸ਼ ਵਾਸੀਆਂ ਨੂੰ ਖੁੱਲ੍ਹਾ ਸੁੱਧਾ ਦਿੱਤਾ ਵੀ ਦੇਸ਼ ਦੇ ਵਾਸੀ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਸ ਤਰੀਕੇ ਨਾਲ ਜਿਹੜੇ ਰਿਲਾਇੰਸ ਜਾਂ ਕਾਰਪੋਰੇਟ ਘਰਾਣਿਆਂ ਦੀਆਂ ਵਸਤੂਆਂ ਵਾ, ਉਹਨਾਂ ਦੇ ਖੋਲ, ਉਹਨਾਂ ਦੇ ਇਸ਼ਤਿਹਾਰ ਇਕੱਠੇ ਕਰਕੇ ਇਸ ਤਰ੍ਹਾਂ ਇੱਕ ਮੁਹਿੰਮ ਬਣਾ ਕੇ ਇਹ ਬਾਈਕਾਟ ਦਾ ਸੱਦਾ ਦੇਣ ਪੂਰੇ ਦੇਸ਼ ਦੇ ਵਾਸੀਆਂ ਨੂੰ। ਇਹਦੋਂ ਗਾਹਾਂ ਅਸੀਂ ਪੰਜਾਬ ਦੇ ਰਾਗੀਆਂ, ਢਾਡੀਆਂ, ਕਥਾਵਾਚਕਾਂ, ਸਾਰਿਆਂ ਪ੍ਰਚਾਰਕਾਂ ਨੂੰ ਬੇਨਤੀ ਕਰਦੇ ਵੀ ਸਿੱਖ ਸੰਗਤਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਪ੍ਰੋਡਕਟ, ਉਹਨਾਂ ਦਾ ਬਾਈਕਾਟ ਦਾ ਸੱਦਾ ਦਿੱਤਾ ਜਾਵੇ। ਇਸ ਤਰ੍ਹਾਂ ਜਿੰਨੀਆਂ ਵੀ ਪੰਜਾਬ ਦੀ ਫਿਲਮ ਇੰਡਸਟਰੀ ਆ, ਪੰਜਾਬ ਦੇ ਗਾਇਕ ਆ, ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਉਹ ਇਹ ਸੱਦੇ ਨੂੰ ਹੋਰ ਵੱਡਾ ਕਰ ਦੇਣ। ਇਹ ਤੋਂ ਕਾ ਜਿਹੜਾ ਕੱਲ੍ਹ ਪ੍ਰਧਾਨ ਮੰਤਰੀ ਜੀ ਨੇ ਬਿਆਨ ਦਿੱਤਾ ਵਾ ਵੀ ਜਿਹੜਾ ਅਸੀਂ ਕਿਸਾਨਾਂ ਨੂੰ ਆਜ਼ਾਦੀ ਦਿੱਤੀ ਆ, ਪ੍ਰਧਾਨ ਮੰਤਰੀ ਜੀ APMC ਐਕਟ ਦੇ ਵਿੱਚ ਸਾਨੂੰ ਆਜ਼ਾਦੀ 1970 ਦੇ ਵਿੱਚੋਂ ਮਿਲੀ ਹੋਈ ਆ, ਕੋਈ ਨਵੀਂ ਗੱਲ ਨਹੀਂ ਹੈਗੇ। ਪ੍ਰਧਾਨ ਮੰਤਰੀ ਜੀ ਬੋਲ ਰਹੇ ਵੀ ਤੁਹਾਨੂੰ ਖਾਦਾਂ ਦਵਾਈਆਂ ਅਤੇ ਕੀਟਨਾਸ਼ਕ ਜ਼ਹਿਰਾਂ ਹੁਣ ਕੰਪਨੀਆਂ ਵਧੀਆ ਦੇਣੇ ਨੇ। ਪ੍ਰਧਾਨ ਮੰਤਰੀ ਜੀ ਪਹਿਲੋਂ ਤੋਂ ਸਾਨੂੰ ਖਾਦਾਂ ਦਵਾਈਆਂ ਬੀਜ ਪ੍ਰਾਈਵੇਟ ਕੰਪਨੀਆਂ ਹੀ ਦੇ ਰਹੀਆਂ। ਪੰਜਾਬ ਵਿੱਚ ਕਾਰਗਲ ਕੰਪਨੀ ਨੇ ਬਹੁਤ ਵੱਡੀਆਂ ਬੀਜਾਂ 'ਚ ਘਟਾਲੇ ਕੀਤੇ ਨੇ। ਇੱਥੇ ਸੂਰਜਮੁਖੀ ਦੇ ਵਿੱਚ ਵੱਡੇ ਘਟਾਲੇ ਆਏ ਸੀ। ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ। ਪ੍ਰਧਾਨ ਮੰਤਰੀ ਜੀ ਤੁਹਾਡੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਇਨਕਾਰ ਕਰਤਾ ਸੀ ਵੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਜੀ ਕਹਿ ਰਹੇ ਵੀ ਵਿਰੋਧ ਵਾਸਤੇ ਵਿਰੋਧ ਹੋ ਰਿਹਾ, ਅਸੀਂ ਕਹਿ ਰਹੇ ਪ੍ਰਧਾਨ ਮੰਤਰੀ ਜੀ ਐਂ ਨਹੀਂ ਗੱਲ ਹੈਗੀ। ਕੁਝ ਕਾਰਪੋਰੇਟ ਘਰਾਣਿਆਂ ਨੂੰ, ਕੁਝ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਪੰਜਾਬ ਅਤੇ ਦੇਸ਼ ਦੀ ਕਿਸਾਨੀ ਨੂੰ ਉਜਾੜਿਆ ਜਾ ਰਿਹਾ। ਇਹ ਤੋਂ ਕਹਾਂ ਜਿਹੜੀ ਕੈਪਟਨ ਸਰਕਾਰ ਆ, ਜਿਹੜੀ ਕਹਿ ਰਹੀ ਵੀ ਕਿਸਾਨਾਂ ਦੇ ਅੰਦੋਲਨ ਵਿੱਚ ISS ਦਾ ਦਾਖਲਾ ਹੋ ਗਿਆ, ਇਹ RSS ਵਰਗਾ ਹੀ ਬਿਆਨ ਆ ਅਤੇ ਲੋਕਾਂ ਨੂੰ ਨਫ਼ਰਤ ਪੈਦਾ ਕਰਨ ਵਾਲਾ ਬਿਆਨ ਆ। ਇਹ ਤੋਂ ਗਾਹਾਂ ਜਿਹੜੀ ਕੈਪਟਨ ਸਰਕਾਰ ਕਹਿ ਰਹੀ ਵੀ ਅਦਾਲਤ 'ਚੋਂ ਇਨਸਾਫ ਲੈ ਲਾਂਗੇ, ਅਸੀਂ ਕਹਿਣਾ ਚਾਹੁੰਦੇ ਪੰਜਾਣੀਆਂ ਵਾਲੇ ਮੁੱਦੇ 'ਤੇ ਕਿਹੜਾ ਅਦਾਲਤ ਨੇ ਇਨਸਾਫ ਸਾਨੂੰ ਦੇ ਦਿੱਤਾ, ਜਾਂ ਪੰਜਾਬ ਦੇ 'ਚ ਹੋਰ ਰੇਤ ਮਾਫੀਆ ਦੇ, ਬਜਰੀ ਮਾਫੀਆ ਦੇ, ਗੁਰੂ ਗ੍ਰੰਥ ਸਾਹਿਬ ਵਾਲੇ ਮਹੱਲੇ ਬਾਈਬਲ ਕਲਾਂ ਗੋਲੀ ਕਾਂਡ 'ਤੇ ਕਿਹੜਾ ਇਨਸਾਫ ਸਾਨੂੰ ਮਿਲ ਗਿਆ? ਉਹ ਘੋਲ ਨੂੰ ਠੰਡਾ ਕਰਨ ਦਾ ਯਤਨ ਕਰ ਰਹੇ ਨੇ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ 'ਤੇ ਬਾਜ਼ ਆਖਿਆ, ਉਹ ਸਾਡੇ ਵਰਗੇ ਅੰਦੋਲਨ ਚਲਾ ਕੇ ਲੋਕਾਂ ਨੂੰ ਉਹ 'ਚ ਪਾਰਟੀਸਪੇਟ ਕਰਨਾ ਚਾਹੁੰਦੇ ਨੇ, ਪਰ ਉਹਨਾਂ ਦਾ ਮਨੋਰਸ ਗੱਦੀ ਆ, ਕੁਰਸੀ ਆ, 2022 ਦੀਆਂ ਇਲੈਕਸ਼ਨਾਂ 'ਤੇ ਆਖਿਆ ਗਿਆ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ 'ਚ ਨਾਕਾਮਯਾਬ ਹੋ ਰਹੀਆਂ ਨੇ, ਮੁੱਖ ਮੰਤਰੀ ਇਕੱਠੀਆਂ ਕਰਨਾ ਹੀ ਨਹੀਂ ਚਾਹੁੰਦੇ, ਇਹ ਵੀ ਸਮੱਸਿਆ। ਦੂਜਾ, ਮੁੱਖ ਮੰਤਰੀ ਦੀ ਅਜਲਾਸ ਦੀ ਜਿਹੜੀ ਡੇਟ ਆ ਉਹ ਦੱਸਣ ਵੀ ਕਿਹੜੀ ਆ? ਕੱਲ੍ਹ ਪੰਜਾਬ ਦੀ ਸਰਕਾਰ ਦਾ ਉਸ ਵੇਲੇ ਚਿਹਰਾ ਨੰਗਾ ਹੋ ਗਿਆ ਜਦੋਂ ਉਹ ਸਾਡੇ ਖਿਲਾਫ਼ ਹਾਈਕੋਰਟ ਦੇ ਵਿੱਚ ਗਈ ਆ ਅਤੇ ਪਹਿਲੋਂ ਇਹ ਹਲਫਨਾਮੇ ਜਦੋਂ ਸਾਡੇ ਵਕੀਲ ਨੇ ਗੱਲਾਂ ਕੀਤੀਆਂ ਵੀ ਖਟਕੜ ਕਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਕਿਹੜਾ ਕਰੋਨਾ ਦੇ COVID-19 ਦਾ ਖਿਆਲ ਰੱਖਿਆ, ਜਿਹੜਾ ਦਿੱਲੀ ਅਤੇ ਚੰਡੀਗੜ੍ਹ ਦੇ ਵਿੱਚ ਟਰੈਕਟਰ ਸਾੜੇ ਉਹ 'ਚ COVID-19 ਦਾ ਕਿਹੜਾ ਖਿਆਲ ਰੱਖਿਆ ਗਿਆ? ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕੈਪਟਨ ਸਾਹਿਬ ਤੁਸੀਂ ਹਾਈਕੋਰਟ ਦਾ ਬਹਾਨਾ ਵੀ ਬਣਾ ਕੇ ਆਓ, ਅਸੀਂ ਬੈਠੇ ਹਾਂ, ਅਸੀਂ ਦੇਸ਼ ਵਾਸਤੇ, ਪੰਜਾਬ ਵਾਸਤੇ ਸਾਡੇ ਕੋਈ ਚਾਰਾ ਨਹੀਂ ਹੈਗਾ, ਗੋਲੀਆਂ ਖਾਣ ਨੂੰ ਤਿਆਰ ਹਾਂ, ਸਾਡਾ ਕੇਂਦਰ ਵੱਲ ਧਿਆਨ ਆ, ਸਾਡਾ ਧਿਆਨ ਨਾ ਭਟਕਾਓ। ਇਸ ਕਰਕੇ ਸੋ
जो अगे चल के जो हरियाणे दे विच 6 ते 8 नूं अड्डे अंदोलन हो रहे उहदी हमायत करांगे ते 1 अक्तूबर तो बाद सांझे संघर्षां नूं अक्तूबर दा पहला हफ्ता आपां समर्पित करांगे ते लोकां नूं बेनती है भी 1 अक्तूबर नूं वड्डा इकट्ठ असीं इत्थे करना चाहुंदे आ। साडे पैरलल भी इकट्ठ होणे आ, ਉਹ ਆਪਣਾ ਵੇਖ ਕੇ ਆਪਣੇ ਅੰਦੋਲਨਾਂ ਦੇ ਵਿੱਚ ਸ਼ਾਮਿਲ ਕਰਨ, ਜਿਹੜੇ ਉਹਨਾਂ ਦੇ ਹਕੀਕੀ ਅੰਦੋਲਨ ਆ। ਇਸ ਕਰਕੇ ਆਸ ਆ ਵੀ ਦੇਸ਼ ਦੇ ਕਿਸਾਨ, ਪੰਜਾਬ ਦੇ ਕਿਸਾਨ ਇਹ ਜਿੱਤਣਗੇ, ਮੋਦੀ ਤੇ ਮੋਦੀ ਦੇ ਕਾਰਪੋਰੇਟ ਘਰਾਣੇ ਹਰਨਗੇ। ਧੰਨਵਾਦ। ਜਿਹੜਾ ਬੀਜੇਪੀ ਵੱਲੋਂ 8 ਮੈਂਬਰੀ ਕਮੇਟੀ ਬਣਾਈ ਗਈ, ਕੀ ਬੈਠ ਕੇ ਉਹਦੇ ਨਾਲ ਗੱਲ ਸਲਾਹ ਮਸ਼ਵਰਾ ਕੀਤਾ ਜਾਵੇਗਾ? ਅਸੀਂ ਕਹਿੰਦੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਸਰਕਾਰ ਗੱਲਬਾਤ ਤੋਂ ਕਦੀ ਨਹੀਂ ਪੜਨਾ ਚਾਹੁੰਦੇ। ਇੱਕ ਇੱਕ ਗੱਲ ਦਾ ਜਵਾਬ ਦਾਂਗੇ। ਜਿਹੜੇ ਜਨਰਲ ਸਕੱਤਰ ਨੇ ਭਾਜਪਾ ਦੇ ਤੁਰੰਤ ਚੁੱਗ ਜੀ, ਜਿਹੜੇ ਗੁੰਮਰਾਹ ਕਰ ਰਹੇ ਨੇ ਅੰਮ੍ਰਿਤਸਰ ਬਹਿ ਕੇ, ਅਸੀਂ ਕਹਿੰਦੇ ਸਾਡੇ ਨਾਲ ਕੱਲੀ ਕੱਲੀ ਗੱਲ 'ਤੇ ਬਹਿ ਕੇ ਕਰ ਲਓ, ਦੇਸ਼ ਨੂੰ ਗੁੰਮਰਾਹ ਨਾ ਕਰੋ। ਚਾਪਲੂਸੀ ਇੰਨੀ ਚੰਗੀ ਨਹੀਂ ਹੁੰਦੀ। ਤੁਸੀਂ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਗਦਾਰੀ ਕਰ ਰਹੇ ਜੇ, ਪੰਜਾਬ ਦਾ ਖਾ ਕੇ ਪੀ ਕੇ ਤੁਸੀਂ ਬੋਲੀ ਸੈਂਟਰ ਦੀ ਬੋਲ ਰਹੇ ਜੇ। ਤੁਹਾਨੂੰ ਆਪਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਪੰਜਾਬ ਦੇ ਹੱਕ ਲਈ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਇਸ ਦਾ ਸਿਰਫ ਇੱਕੋ ਮਕਸਦ ਹੈ ਕਿ ਕਾਨੂੰਨ ਬਣੇ, ਕਿਸਾਨੀ ਬਿੱਲ ਨੂੰ ਰੱਦ ਕਰਵਾਇਆ ਜਾ ਸਕੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਸਾਂਝਾ ਟੀਵੀ।